ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਕਹੋਗੇ ਦਿਨ 'ਚ ਦੋ ਵਾਰੀ ਲਾਈਵ ਹੋ ਗਿਆ, ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਦੂਜੀ ਵਾਰੀ ਲਾਈਵ ਹੋਣਾ ਪਿਆ ਕਿਉਂਕਿ ਇੱਕ ਖਤਰਨਾਕ ਬੰਦਾ ਖਤਰਨਾਕ ਮੀਨਸ ਖਤਰਨਾਕ, ਪਿੱਛੇ ਜੇ ਭਰਾ ਦਾ ਗਾਣਾ ਵੀ ਆਇਆ, ਤੁਸੀਂ ਸਾਰਿਆਂ ਨੇ ਗਾਣਾ ਵੀ ਸੁਣਿਆ, ਜੋਤਿਕਾ ਤਾਂਗੜੀ ਦੇ ਨਾਲ ਗਾਣਾ ਸੀ, ਔਰ ਉਹ ਬੰਦੇ ਦਾ ਨਾਮ ਮੈਂ ਤੁਹਾਨੂੰ ਦੱਸਦਾ, ਤੁਸੀਂ ਜਦੋਂ ਨਾਂ ਲਊਂਗਾ ਤੁਸੀਂ ਸਾਰਿਆਂ ਨੇ ਖੁਸ਼ ਹੋ ਜਾਣਾ, ਸੁਸ਼ਾਂਤ ਭਾਜੀ, ਪਿਆਰ ਨਾਲ ਰਿੰਕੂ ਕਹਿੰਦੇ ਆ ਭਾਜੀ, ਰਿੰਕੂ ਭਾਜੀ, ਜਿੰਨੇ ਵੀ ਫਿਲਮਾਂ 'ਚ ਗਾਣੇ ਤੁਸੀਂ ਸੁਣੇ ਨੇ, ਵੱਡੇ ਵੱਡੇ ਗਾਣੇ, ਉਹਨਾਂ 'ਚ ਜਿਹੜਾ ਗਿਟਾਰ ਦਾ ਵਰਕ ਹੁੰਦਾ ਹੈ ਉਹ ਮੇਰਾ ਭਰਾ ਹੀ ਕਰਦਾ ਹੈ, ਮੇਰੇ ਭਰਾ ਤੋਂ ਬਿਨਾਂ ਕੋਈ ਨਹੀਂ ਕਰ ਸਕਦਾ, ਇੱਕੋ ਹੀ ਬੰਦਾ ਹੈ ਸੁਸ਼ਾਂਤ, ਰਿੰਕੂ ਭਾਜੀ। ਹਾਂ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਬੜੇ ਦੇਰ ਬਾਅਦ ਅੱਜ ਭਰਾ ਮਿਲਿਆ, ਭਰਾ ਇਕੱਠੇ ਹੋਏ ਨੇ, ਔਰ ਬਚਪਨ ਤੋਂ ਹੀ ਐਕਚੁਅਲੀ ਅਸੀਂ ਨਾਲ ਹਾਂ, ਜਨਾਬ ਤਾਂ ਇਹਨਾਂ ਵਰਗਾ ਸਿੰਗਰ ਤਾਂ ਆਈ ਥਿੰਕ, ਅਰੇ ਨਹੀਂ ਨਹੀਂ ਇਦਾਂ ਦੀ, ਬਟ ਹੀ ਇਜ਼ ਟੂ ਗੁੱਡ, ਭਰਾ ਵਰਗਾ ਕੋਈ ਨਹੀਂ ਹੈ।
ਬੰਦਾ ਹੈ ਸਾਡੀ ਮਿਊਜ਼ਿਕ ਇੰਡਸਟਰੀ ਚ, ਇੱਕੋ ਹੀ ਬੰਦਾ ਹੈ ਜਿਹੜਾ ਖਤਰਨਾਕ ਬੰਦਾ। ਬਹੁਤ ਸਾਰੇ ਮਿਊਜ਼ਿਕ ਡਾਇਰੈਕਟਰਾਂ ਨੂੰ ਇਸ ਭਰਾ ਨੇ ਸਟਾਰ ਬਣਾਇਆ, ਪੱਲੇ ਉਹਨਾਂ ਦੇ ਕੱਖ ਨਹੀਂ ਹੈ। ਭਰਾ ਨੂੰ ਜਾ ਕੇ ਗਾਣਾ ਦੇ ਦਿੰਦੇ ਆ, ਭਰਾ ਸਾਰਾ ਸ਼ਿੰਗਾਰ ਕੇ ਉਹਨਾਂ ਦੇ ਦਿੰਦਾ ਤੇ ਨਾ ਉੱਤੇ ਉਹਨਾਂ ਦਾ ਆ ਜਾਂਦਾ ਕੰਮ ਸਾਰਾ ਇਹ ਕਰਦਾ। ਸਾਡਾ ਭਰਾ ਬੜਾ ਖਤਰਨਾਕ ਬੰਦਾ। ਤੇ ਇੱਕ ਬੰਦਾ ਤੁਹਾਨੂੰ ਹੋਰ ਮਿਲਾਉਂਦੇ ਹਾਂ, ਉਹ ਅੱਜ ਕੱਲ ਦੇ ਮਿਊਜ਼ਿਕ ਡਾਇਰੈਕਟਰਾਂ ਵਿੱਚ ਹੈ ਪਰ ਉਹ ਨਹੀਂ ਹੈ ਜਿਹੜਾ ਮੈਂ ਤੁਹਾਨੂੰ ਕਿਹਾ। ਉਹ ਬੰਦਾ ਹੈ ਜਿਹੜਾ ਮਿਹਨਤ ਕਰਦਾ, ਰਿੰਕੂ ਭਾਜੀ ਕੋਲ ਜਾ ਕੇ ਬਹੁਤ ਕੁਛ ਸਿੱਖਦਾ, ਮੇਰੇ ਕੋਲ ਆ ਕੇ ਜਿੰਨਾ ਕੁਛ ਮੈਨੂੰ ਮਾੜਾ ਮੋਟਾ ਆਉਂਦਾ ਉਹ ਵੀ ਸਿੱਖਦਾ। ਤੁਹਾਨੂੰ ਮਿਲਾਉਂਦੇ ਉਸ ਗੋਲਡ ਬਾਏ ਗੋਲਡੀ, ਤੁਹਾਡਾ ਸਾਰਿਆਂ ਦਾ ਚਾਹੀਦਾ ਮਿਊਜ਼ਿਕ ਡਾਇਰੈਕਟਰ। ਇੱਧਰ ਸਾਡੇ ਸੁਸ਼ਾਂਤ ਭਾਜੀ, ਇਹ ਵੀ ਬਹੁਤ ਵੱਡੇ ਮਿਊਜ਼ਿਕ ਡਾਇਰੈਕਟਰ ਨੇ, ਇਹਨਾਂ ਨੇ ਬੜਾ ਕੁਛ ਕੀਤਾ ਹੈ। ਹੌਲੀ ਹੌਲੀ ਤੁਹਾਡੇ ਸਨਮੁਖ ਆਏਗਾ ਸਾਰਾ ਕੁਛ। ਅਸੀਂ ਵੀ ਗਾਣਾ ਕੀਤਾ ਸੀ, ਉਹ ਆਏਗਾ ਜ਼ਰੂਰ। ਹੁਣ ਅਸੀਂ ਤਿੰਨੇ ਮਿਲ ਕੇ ਕੁਛ ਟਿਕੜੀ ਕੁਛ ਖਿਚੜੀ ਪਕਾ ਲਈ, ਬਸ ਪਕੜ ਵਾਲੀ ਹੈ ਤੁਹਾਡੇ ਵਾਸਤੇ ਸਾਰਿਆਂ ਲਈ, ਅਸੀਂ ਜਲਦੀ ਲੈ ਕੇ ਆ ਰਹੇ ਹਾਂ। ਤਦ ਤੱਕ ਲਈ ਟਾਟਾ।